ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਅਸੀਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਕਾਲਸ ਲਵਾਂਗੇ। ਬਹੁਤ ਸਾਰੀ ਕਾਲਸ ਇਸ ਟਾਈਮ ਕਿਊ ਦੇ ਉੱਤੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਜੀ ਪਰਮਿੰਦਰ ਸਿੰਘ ਰੰਧਾਵਾ ਤੇ ਤੁਹਾਨੂੰ ਦੋਨਾਂ ਨੂੰ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਰਮਿੰਦਰ ਸਿੰਘ ਜੀ। ਹਾਂਜੀ, ਮੈਂ ਤਾਂ ਛੋਟੀ ਜਿਹੀ ਕਰੈਕਸ਼ਨ ਕਰਨੀ, ਇੱਕ ਕਰੈਕਸ਼ਨ ਤਾਂ ਨਹੀਂ, ਵੈਸੇ ਇਨਫੋਰਮੇਸ਼ਨ ਦੇਣੀ ਚਾਹੁੰਦਾ ਕਿ ਜਿਹੜੀ ਨਾ ਇੱਕ ਕਾਲਰ ਨੇ ਕਿਹਾ ਸੀ ਕਿ ਆਪਾਂ ਨੂੰ 8-9% ਮਿਲਦਾ ਨਾ ਵਿਆਜ, ਇਹਦੇ ਵਿੱਚ ਇੱਕ ਚੀਜ਼ ਮੈਂ ਕਹੂੰਗਾ ਖਿਆਲ ਰੱਖਿਓ, ਉਹ ਹੈਗੀ ਆ ਕਿ ਬਹੁਤ ਸਾਰੇ ਕਾਲਰ ਮਤਲਬ ਆਪਣੇ ਲੋਕ ਇੰਡੀਆ ਜਾਂਦੇ ਰਹਿੰਦੇ, ਮੈਂ ਵੀ ਜਾਂਦਾ ਰਹਿੰਦਾ, ਤੇ ਕੁਛ ਸਾਲ ਪਹਿਲਾਂ ਮੰਨ ਲਓ ਉਦੋਂ 65-70 ਰੁਪਈਏ ਸੀਗਾ ਪਾਉਂਡ ਦਾ ਰੇਟ। ਹਾਂਜੀ, ਉਹ ਸਾਨੂੰ ਕਹਿੰਦੇ 6-7%, 8% ਮਿਲਦਾ, ਅੱਜ ਕੱਲ 5-6% ਹੀ ਮਿਲਦਾ। ਠੀਕ, ਲੇਕਿਨ ਜਦੋਂ ਤੁਸੀਂ 5 ਸਾਲ ਬਾਅਦ ਜਾਂਦੇ ਆ, ਠੀਕ ਹੈ, ਉਹ ਜਿਹੜੇ ਪੈਸੇ ਵਿਆਜ ਪੈ ਕੇ ਨਾ ਬਣਦੇ ਆ ਵਾਧੂ, ਜਦੋਂ ਤੁਸੀਂ ਉਹਨਾਂ ਦੇ ਪਾਊਂਡ ਬਣਾਉਂਦੇ ਨਾ ਮੁੜ ਕੇ, ਉਹ ਓਨੇ ਕੇ ਬਣਦੇ ਆ। ਮਿਸਾਲ ਦੇ ਤੌਰ ਤੇ ਹੁਣ ਤੁਹਾਨੂੰ 1 ਪਾਊਂਡ ਲੈਣ ਲਈ 90 ਰੁਪਏ ਤੁਹਾਡੇ ਯੂਜ ਹੋ ਜਾਣੇ ਆ। ਠੀਕ ਹੈ, ਜਦੋਂ ਤੁਸੀਂ ਬੇਸ਼ਕ ਉਹਨਾਂ ਨੇ ਵਿਆਜ ਪਾ ਕੇ ਤੁਹਾਨੂੰ ਦੇ ਦਿੱਤੇ ਥੋੜੇ ਜ਼ਿਆਦੇ, ਲੇਕਿਨ ਉਹ ਪਾਊਂਡ ਓਨੇ ਦਿੰਦੇ ਤੁਹਾਡੇ। ਠੀਕ, ਕੁਛ ਸਾਲ ਪਹਿਲਾਂ ਲੋਕਾਂ ਨੇ 45 ਰੁਪਏ ਦੇ ਮੰਨ ਲਓ FD ਕਰਾਤੀ ਇੰਡੀਆ, ਹੁਣ ਉਹਦੀ ਡਬਲ ਹੋ ਗਈ, ਲੇਕਿਨ ਇੱਧਰੋਂ ਪਾਊਂਡ ਦਾ 90 ਰੁਪਏ ਹੋ ਗਿਆ। ਡਬਲ ਪੈਸੇ ਤੁਹਾਡੇ ਪਾਊਂਡ ਓਨੇ ਹੀ ਬਣੇ ਆ। ਹਾਂਜੀ, ਇਸ ਚੀਜ਼ ਦਾ ਬਹੁਤ ਖਿਆਲ ਰੱਖਣਾ ਚਾਹੀਦਾ, ਕਿਉਂਕਿ ਆਪਾਂ ਧੋਖਾ ਖਾ ਜਾਂਦੇ ਕਿ ਉੱਥੇ 8-9% ਮਿਲਦਾ ਜਾਂ ਕੁਛ ਵੀ, ਹੈ ਨਾ। ਤੇ ਵੈਸੇ ਮੈਂ ਡਿਸਕਰੇਜ ਨਹੀਂ ਕਰਨਾ ਚਾਹੁੰਦਾ ਜਿਹੜੇ ਲੋਕਾਂ ਨੂੰ, ਮੈਨੂੰ ਖੁਦ ਵੀ ਬਹੁਤ ਪਿਆਰ ਆ ਇੰਡੀਆ ਨਾਲ, ਤੇ ਆਪਾਂ ਉਹਨੂੰ ਕੁਛ ਨਾ ਕੁਛ ਕਰਨਾ ਵੀ ਚਾਹੀਦਾ, ਲੇਕਿਨ ਜਿਹੜੀ ਵੱਡੀ ਪ੍ਰੋਬਲਮ ਹੁੰਦੀ ਆ ਵਰੀ ਜਿਹੜੀ ਲੋਕਾਂ ਦੀ ਆ, ਵਰੀ ਆ ਕਰਪਸ਼ਨ। ਜੇ ਤੁਸੀਂ ਬੇਸਿਕਲੀ ਜਿੰਨੇ ਕੁ ਮੈਂ ਲੋਕਾਂ ਨੂੰ ਜਾਣਦਾ, ਉਹ ਤਕਰੀਬਨ ਫੇਲ ਹੋ ਕੇ ਵਾਪਸ ਆਏ ਆ। ਫਿਰ ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਕੀ ਗੱਲ ਹੋਈ। ਜਨਰਲੀ ਉਹਨਾਂ ਦੀਆਂ ਪ੍ਰੋਬਲਮ ਕੀ ਆ ਕਿ ਇੱਕ ਨੇ ਇੱਦਾਂ ਕਿਹਾ, ਕਹਿੰਦਾ ਚਪੜਾਸੀ ਤੋਂ ਲੈ ਕੇ ਮੈਨੇਜਰ ਤੱਕ ਸਾਰੇ ਚਾਹੁੰਦੇ ਆ ਕਿ ਤਨਖਾਹ ਤਾਂ ਲੈਣੀ ਲੈਣੀ ਆ, ਨਾਲ ਸਾਈਡ ਤੇ ਅਸੀਂ ਕੁਛ ਆਪਣਾ ਕਮਿਸ਼ਨ ਰੱਖਣਾ ਜਿਹੜੀ ਚੀਜ਼ ਉਹ ਬਣਾਉਂਦਾ ਸੀਗਾ। ਕਹਿੰਦਾ ਜਿਹੜੀ, ਕਹਿੰਦਾ ਜਿਹੜੇ ਸੇਲਸਮੈਨ ਨੂੰ ਮੈਂ ਭੇਜਦਾ ਸੀ ਕਿਤੇ, ਪਿਆ ਤੂੰ ਜਾ ਕੇ ਨਾ ਆਹ ਚੀਜ਼ ਵੇਚਣੀ ਆ, ਤੂੰ ਇੰਨੀ 3 ਮਹੀਨੇ ਕਮਿਸ਼ਨ ਦਊਗਾ, ਕਹਿੰਦਾ ਉਹ ਨਾਲ ਆਪਣੀ ਐਕਸਟਰਾ ਕਮਿਸ਼ਨ ਉਹ ਹੋਰ ਰੱਖ ਲੈਂਦਾ ਸੀ। ਸੋ ਕਰ ਕਰਕੇ ਉਹ ਮੈਨੂੰ ਦੱਸਦਾ, ਉਹ ਕਰ ਕਰਕੇ ਵਿਚਾਰਾ ਇੱਥੇ ਮੁੜ ਕੇ ਆ ਕੇ ਕੰਮ ਤੇ ਲੱਗ ਗਿਆ ਹੈ। ਤੇ ਮੈਂ ਕਿਹਾ ਅੱਛਾ ਯਾਰ, ਇਹ ਤਾਂ ਮੈਨੂੰ ਤਾਂ ਖੁਸ਼ੀ ਸੀ ਵੀ ਤੂੰ ਉੱਥੇ ਫੈਕਟਰੀ ਬਣਾਈ ਆ। ਕਹਿੰਦਾ ਉੱਥੇ ਇੱਦਾਂ ਸੀਗੀ ਵੀ ਸਲੂਟ ਬੜੇ ਵੱਜਦੇ ਸੀ, ਜਾਂਦੇ ਆ ਗੇਟ ਖੁੱਲ ਜਾਂਦਾ, ਮੈਂ ਕਾਰ 'ਚ ਬੈਠਾ, ਬਹੁਤ ਵਧੀਆ। ਕਹਿੰਦਾ ਪਹਿਲਾਂ ਬੜਾ ਵਧੀਆ ਲੱਗਿਆ, ਫੇਰ ਕਹਿੰਦਾ ਮੈਂ ਦੇਖਿਆ ਵੀ ਪੈਸਾ ਤਾਂ ਕੋਈ ਬਣਦਾ ਹੀ ਨਹੀਂ, ਇਹ ਤਾਂ ਉੱਥੇ ਲੱਗੀ ਜਾਂਦਾ ਸਭ ਕੁਛ। ਹਾਂਜੀ, ਮੈਂ ਵੀ ਹਾਲੇ ਆਪਾਂ ਉਹ ਹਾਲੇ ਰੈਡੀ ਨਹੀਂ ਗਏ। ਇਹ ਵੱਡੀਆਂ ਕੰਪਨੀਆਂ ਲਈ ਠੀਕ ਹੈ, ਜਿੱਦਾਂ ਵੱਡੀ ਵੱਡੀਆਂ ਮਲਟੀ ਮਿਲੀਅਨ ਬਿਲੀਅਨ ਕੰਪਨੀਆਂ ਜਾ ਰਹੀਆਂ, ਉਹਨਾਂ ਦੇ ਉਹ ਸਿਸਟਮ ਨੂੰ ਬੀਟ ਕਰ ਦਿੰਦੇ, ਕਿਉਂਕਿ ਉਹਨਾਂ ਦਾ ਕੋਈ ਇੱਦਾਂ ਸਿਸਟਮ ਹੈਗਾ ਚੈੱਕਅਪ ਕਰਨ ਦਾ। ਆਮ ਬੰਦੇ ਜਿਹੜੇ ਜਾਂਦੇ ਆ, ਉਹਨਾਂ ਨੂੰ ਚਾਹੇ ਜਿਹੜੇ ਜਿੱਦਾਂ ਪੁਲਿਸ ਵਾਲੇ ਕਹਿ ਲਓ ਜਾਂ ਜਿਹੜੇ ਕਲਰਕ ਕਹਿ ਲਓ, ਜਿਹੜੇ ਸਪੈਸ਼ਲ ਉਹਨਾਂ ਦੀ ਫੈਮਿਲੀ ਜਾਂ ਫਰੈਂਡ ਆ, ਉਹ ਤਕਰੀਬਨ ਸਾਰੇ ਸਾਰੇ ਇਸ ਕੰਮ ਲਈ ਰੈਡੀ ਆ। ਜਿੱਦਾਂ ਸ਼ਰਮਾ ਸਰ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਕਿ ਇਹਨਾਂ ਕੋਲ ਪੈਸੇ ਬਹੁਤ ਆ, ਤੇ ਤੁਸੀਂ ਜਿੰਨੇ ਮਰਜ਼ੀ ਕਫੇ ਲਾਈ ਜਾਈਏ। ਕਾਫੀ ਦੇਰ ਤੋਂ ਜੁੜੇ ਹੋਏ ਨੇ, ਉਹਨਾਂ ਦੇ ਵੀ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਸੁਰਿੰਦਰ ਬੋਲਿਆ ਜੀ। ਸੁਰਿੰਦਰ, ਆਪਾਂ ਇਹ ਨਾ ਪੰਜਾਬ ਗਵਰਨਮੈਂਟ ਐਨਆਰਆਈ ਦੇ ਕੀ ਕਰ ਰਹੀ ਆ, ਜੇ ਪੰਜਾਬ ਅਸੀਂ ਆਪਣੇ ਮਾਂ ਪੁੱਛਿਆ ਕਦੇ, ਮਾਂ ਨੇ ਮਸਲਿਆ ਮਾਂ ਬੱਚਿਆਂ ਨੇ ਕੀ ਕੀਤਾ? ਐਨਆਰਆਈ ਉਹ ਬ੍ਰਿਟਿਸ਼ ਹੋ ਗਿਆ, ਇੱਕ ਪਾਸ ਇਟਸ ਅ ਟਰੈਵਲਿੰਗ ਡਾਕੂਮੈਂਟ, ਵਾਂਸ ਯੂ ਐਨਆਰਆਈ ਪਾਸਪੋਰਟ ਐਂਡ ਯੂ ਸਟਕ ਦੇ, ਨੋਬਡੀ ਵਿਲ ਹੈਲਪ, ਈਵਨ ਪਾਸਪੋਰਟ ਕਿਸੇ ਕੰਟਰੀ ਹੋਵੇ, ਇਟਸ ਅ ਟਰੈਵਲਿੰਗ ਡਾਕੂਮੈਂਟ, ਕੋਈ ਨਹੀਂ ਬਚਾ ਸਕਦਾ। ਥੈਂਕ ਯੂ ਵੈਰੀ ਮਚ ਜੀ, ਸੁਰਿੰਦਰ ਸਿੰਘ ਜੀ। ਹੋਰ ਵੀ ਕਾਲਰਸ ਨੇ, ਉਹਨਾਂ ਦੇ ਵੀ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਜੀ, ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬ ਦੇ ਵਿੱਚ ਬਾਹਰ ਦੀਆਂ ਸਟੇਟਾਂ ਤੋਂ ਆਣ ਕੇ ਉਹਨਾਂ ਨੇ ਆਪਣੇ ਘਰ ਬਣਾ ਲਏ ਜੀ, ਕੰਮ ਕਰ ਕਰਕੇ ਜੀ ਜੀ, ਤੇ ਪੰਜਾਬੀ ਕਿਉਂ ਭੁੱਖਾ ਮਰਦਾ ਜੀ? ਅਸੀਂ ਪੰਜਾਬ ਨੂੰ ਬਾਹਰ ਦੇ ਪੈਸਿਆਂ ਦੀ ਕੀ ਲੋੜ ਹੈ ਜੀ ਜੀ ਜੀ? ਜਿਹੜੇ ਐਨਆਰਆਈ ਆ, ਜਿੱਥੇ ਤੱਕ ਖਾਂਦੇ ਆ ਉੱਥੇ ਪੈਸੇ ਖਰਚ ਕੇ ਦੌੜ ਤੇ ਉਹਨਾਂ ਨੂੰ ਲੋੜ ਨੀ ਆਈ ਜੀ? ਇੱਥੇ ਚੈਟੀਆਂ ਨੂੰ ਪੈਸੇ ਕਹਿੰਦੇ ਆ, ਕੈਂਸਰਾਂ ਦਾ ਇਲਾਜ ਕਰਦੇ ਆ, ਸਭ ਕੁਝ ਕਰਦੇ ਆ, ਉਹਨਾਂ ਨੂੰ 10 ਪੁੰਡ ਦੇਣ ਲੱਗੇ ਗੋਲੀ ਵੱਜਣ ਦੀ ਆ ਪਿੱਛੇ ਵਿਜਰੇਗਾ ਜੀ 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 ਜੀ, ਕਿੱਥੇ ਖਾਓ? ਥੈਂਕ ਯੂ ਵੈਰੀ ਮਚ ਜੀ। ਹੋਰ ਵੀ ਕਾਲਰ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ? ਹੈਲੋ,
ਜੀ ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ? ਦੋ ਭਰਾਵਾਂ ਨੂੰ ਅੰਦਰ ਵੜ ਕੇ ਡਾਕਟਰ ਕਹਿੰਦਾ ਇੱਕ 5000 ਦਾ ਟੀਕਾ, ਇੱਕ 30 ਦਾ, ਤੇ ਮੈਂ ਕਿਹਾ ਦਵਾਈ ਬੰਦ ਕਰ ਦੇ ਤੇ ਇੱਕ 5000 ਦਾ ਟੀਕਾ, ਇੱਕ 30 ਦਾ, ਤੇ ਟੀਕਾ ਉਹਨੇ ਉਹੀ ਲਾਉਣਾ ਸੀ। ਮੈਂ ਕਿਹਾ ਤੂੰ ਦਵਾਈ ਬੰਦ ਕਰਦੇ, ਅਸੀਂ ਫਾਦਰ ਸਾਹਿਬ ਨੂੰ ਵੱਡੇ ਹਸਪਤਾਲ ਲੈ ਜਾਣਾ। ਉਹ ਕਹਿੰਦਾ ਕੀ ਹੋ ਗਿਆ? ਮੈਂ ਕਿਹਾ ਮੈਨੂੰ ਪਤਾ ਲੱਗ ਗਿਆ ਤੂੰ ਕਿੱਥੇ ਬੋਲਦਾ। ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ, ਵੀ ਰੱਖਿਆ ਜੀ, ਥੈਂਕ ਯੂ ਵੈਰੀ ਮਚ। ਓਕੇ ਜੀ, ਸਮਝ ਆ ਗਈ ਗੱਲ ਜੀ, ਥੈਂਕ ਯੂ, ਥੈਂਕ ਯੂ ਜੀ। ਵਾਟ ਯੂ ਵਾਂਟ ਟੂ ਕੰਟੀਨਿਊ? ਟਾਈਮ ਵੀ ਖਤਮ ਹੋ ਰਿਹਾ। ਦੇਖੋ ਇੱਕ ਚੀਜ਼ ਦੇਖੇ, NRI ਜਿਹੜੇ ਨੇ ਇਮੋਸ਼ਨਲੀ ਜੁੜੇ ਹੋਏ ਨੇ ਪੰਜਾਬ ਦੇ ਨਾਲ, ਦੇ ਵਾਂਟ ਟੂ ਗੋ, ਦੇ ਵਾਂਟ ਟੂ ਇਨਵੈਸਟ, ਉਹਨਾਂ ਦੇ ਆਪਣੇ ਜਿਹੜੇ ਮਸਲੇ ਨੇ। ਇੱਕ ਚੀਜ਼ ਹੈ ਕਿ ਸਾਡਾ ਸਿਸਟਮ ਕਲੀਨ ਹੋਣਾ ਚਾਹੀਦਾ, ਪੰਜਾਬ ਗਵਰਨਮੈਂਟ ਨੂੰ ਵੀ ਥੋੜ੍ਹਾ ਜਿਹਾ ਇਹਨਾਂ 'ਤੇ ਰਹਿਮ ਖਾਣਾ ਚਾਹੀਦਾ, ਪੰਜਾਬ ਪੁਲਿਸ ਨੂੰ ਵੀ ਥੋੜ੍ਹਾ ਜਿਹਾ ਇਹਨਾਂ 'ਤੇ ਇਹਨਾਂ ਦੀ ਹੈਰੈਸਮੈਂਟ ਨੂੰ ਰੋਕਣਾ ਚਾਹੀਦਾ। ਤੋ ਇਸ ਦਿਸ ਸਿਸਟਮ ਇਜ਼ ਰਿਕੁਆਇਰ ਸਮ ਕਲੀਨਿੰਗ। ਇਹ ਜਾਣਾ ਚਾਹੁੰਦੇ ਨੇ, ਕਰਨਾ ਵੀ ਚਾਹੁੰਦੇ ਨੇ, ਸਾਈਕੀ ਮਾਰ ਰਹੇ ਕਿ ਪਾਉਂਡ ਕਮਾਉਂਦਾ, ਯੂਰੋ ਕਮਾਉਂਦਾ, ਡਾਲਰ ਕਮਾਉਂਦਾ, ਤੇ ਉਹ ਜਿਹੜੇ ਸਾਈਕੀ ਹੈ ਨਾ ਕਿ ਲੁੱਟ ਲੁੱਟ ਮਾਰ ਕਰ ਲਓ ਇਹਨਾਂ ਕੋਲ ਬੜੇ ਪੈਸੇ, ਉਹ ਚੀਜ਼ ਨਹੀਂ ਹੈ। ਇਹਨਾਂ ਦੇ ਇਮੋਸ਼ਨਸ ਦੀ ਕਦਰ ਕਰੋ। ਇਹ ਜਾਣਾ ਚਾਹੁੰਦੇ ਨੇ, ਇਨਵੈਸਟ ਕਰਨਾ ਚਾਹੁੰਦੇ ਨੇ, ਜਿਹੜੇ ਇਹਨਾਂ ਦੀਆਂ ਪੁਰਾਣੀਆਂ ਪੁਰਖਿਆਂ ਦੀਆਂ ਪ੍ਰੋਪਰਟੀਆਂ ਨੇ ਉਹਨਾਂ ਨੂੰ ਸੇਵ ਕਰਨ ਵਾਸਤੇ। ਸਭ ਤੋਂ ਵੱਡੀ ਗੱਲ ਹੈ ਪੰਜਾਬ ਪੁਲਿਸ ਨੂੰ, ਪੰਜਾਬ ਸਰਕਾਰ ਨੂੰ ਪਹਿਲ ਕਰਨੀ ਚਾਹੀਦੀ ਹੈ, ਹੋਰ ਰਾਜ ਸਰਕਾਰਾਂ ਨੂੰ ਕਰਨੀ ਚਾਹੀਦੀ ਹੈ, ਸਭ ਤੋਂ ਵੱਡੀ ਗੱਲ ਕੇਂਦਰ ਸਰਕਾਰ ਨੂੰ ਕਰਨੀ ਚਾਹੀਦੀ ਹੈ ਕਿ NRI ਸਿਰਫ ਇੱਕ ਮਨੀ ਮੇਕਿੰਗ ਮਸ਼ੀਨ ਨਹੀਂ ਹੈ। ਦੇ ਆਲਸੋ ਹੈਵ ਸਮ ਇਮੋਸ਼ਨਸ, ਦੇ ਆਲਸੋ ਸਮ ਸੈਂਟੀਮੈਂਟਸ, ਤੇ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ। ਦੇ ਨੀਡ ਸਮਥਿੰਗ ਗੁੱਡ ਫੋਰ ਦੇਅਰ ਸਿਕਿਉਰਿਟੀ, ਅਤੇ ਉਹ ਇਨਵੈਸਟ ਕਰਨਾ ਚਾਹੁੰਦੇ ਹਨ। ਠੀਕ ਹੈ ਜੀ, ਜਿਹੜੇ ਜਿਹੜੇ ਕਾਲਰਸ ਮੈਨੂੰ ਇਸ ਟਾਈਮ ਕਾਲ ਕਰ ਰਹੇ ਨੇ, ਜਿਨ੍ਹਾਂ ਦੀ ਮੈਂ ਕਾਲ ਨਹੀਂ ਚੱਕ ਸਕਿਆ, ਸਭ ਤੋਂ ਪਹਿਲਾਂ ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾ, ਕਿਉਂਕਿ ਮੇਰੇ ਕੋਲ ਸਮਾਂ ਨਹੀਂ ਆ, ਬਹੁਤ ਹੈਗਾ, ਇਜਾਜ਼ਤ ਮੈਨੂੰ ਨਹੀਂ ਦੇ ਰਹੀ, ਨਹੀਂ ਤਾਂ ਮੈਂ ਤੁਹਾਡੀ ਕਾਲਸ ਲੈਣਾ ਚਾਹੁੰਦਾ ਸੀਗਾ। ਤੁਸੀਂ ਮੈਨੂੰ ਮੇਲ ਕਰ ਸਕਦੇ ਹੋ info@justbroadcasting.com, harkirat@justbroadcasting.com ਦੇ ਉੱਤੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਉਸ ਮੇਲ ਦੇ ਉੱਤੇ ਰਿਵਰਟ ਬੈਕ ਕਰੀਏ। ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਮੈਨੂੰ ਹਰਕੀਰਤ ਸਿੰਘ ਆਲੂਵਾਲੀਆ, ਮੇਰੇ ਨਾਲ ਨਵੀਨ ਸ਼ਰਮਾ ਜੀ, ਉਹਨਾਂ ਨੂੰ ਦਿਓ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ।